ਜੁਡੀਸ਼ਰੀ ਸਿਸਟਮ ਇੰਨਾ ਕੁ ਵੀਕ ਹੋ ਗਿਆ ਵੀ ਜਿਹੜੇ ਬੇਫਾਲਤੂ ਜਿਹੜੇ ਇਲਜ਼ਾਮ ਲਗਾਏ ਸੀ ਉਹਨਾਂ ਨੂੰ ਵੀ ਖਾਰਜ ਕਰਨ ਵਾਸਤੇ ਵੀ ਮਹੀਨਾ ਡੇਢ ਮਹੀਨੇ ਦਾ ਸਮਾਂ ਲੱਗਾ। ਨਿਆਂਪਾਲਿਕਾ ਦਾ ਸਿਸਟਮ ਹੈਗਾ ਉਹ ਪਹਿਲਾਂ ਨਾਲੋਂ ਕਮਜ਼ੋਰ ਹੋਇਆ। ਮੋਦੀ ਸਰਕਾਰ ਵੱਲੋਂ ਜਿਵੇਂ ਕਿ ਅੱਜ ਬੋਰਡ ਪਰ ਮੰਦਾ ਬਿਆਨ ਆਇਆ, ਬੰਗਾਲ ਕੇ ਲਲਕਾਰ ਕੇ ਉੱਥੇ ਗਏ ਸੀ, ਉਹਨਾਂ ਵੱਲੋਂ ਵੀ ਉਹਨਾਂ ਦੇ ਕੋਈ ਸੀਰੀਅਸ ਐਲੀਗੇਸ਼ਨ ਨਹੀਂ ਹੈ। ਨਿਸ਼ਾਨ ਸਾਹਿਬ ਜਿਹੜਾ ਸਿੱਖੀ ਦਾ ਚਲਾਇਆ ਉਹ ਕੋਈ ਆਪਣੇ ਆਪ ਚ ਦੇਸ਼ ਦੇ ਕਾਨੂੰਨ ਦੀ ਉਲੰਘਣਾ ਨਹੀਂ ਸੀ ਉਸ ਕਿਸਮ ਦੀ। ਉਹ ਤੇ ਮੋਦੀ ਜੀ ਨੇ ਉਹਨੂੰ ਬਣਾ ਦਿੱਤਾ ਕਿ ਤਿਰੰਗੇ ਦੀ ਬੇਹੁਰਮਤੀ ਕੀਤੀ, ਤਿਰੰਗੇ ਨੂੰ ਉੱਥੇ ਫਾੜਿਆ ਗਿਆ ਜਾਂ ਇਹੋ ਜਿਹਾ ਬੇਇੱਜ਼ਤੀ ਕੀਤੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਸਿੰਘ ਬੱਲ ਨਿਰਪੱਖ ਪੋਸਟ ਚੈਨਲ ਦੇਖ ਰਹੇ ਹੋ ਅਤੇ ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਅੱਜ 17 ਸੈਕਟਰ ਦੇ ਵਿੱਚ ਖੜ੍ਹੇ ਹਾਂ ਅਤੇ ਇੱਕ ਹੋਕਾ ਲਗਾਇਆ ਗਿਆ ਸੀਗਾ ਕਿ ਅੱਜ ਨੌਜਵਾਨ ਕਿਸਾਨ ਮਜ਼ਦੂਰ ਦਿਵਸ ਜੋ ਹੈ ਉਹ ਮਨਾਇਆ ਜਾਵੇ 17 ਸੈਕਟਰ ਦੇ ਵਿੱਚ ਖੜ੍ਹੇ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਸਵਾਲ ਮੇਰਾ ਇਹ ਹੋਊ, ਇੱਕ ਬਹੁਤ ਵੱਡੀ ਖਬਰ ਆਈ ਹੈ ਕਿ ਨੌਦੀਪ ਕੌਰ ਨੂੰ ਜਿਹੜਾ ਰਿਹਾਅ ਕੀਤਾ ਜਾਊਗਾ, ਬੇਲ ਕੀਤਾ ਜਾਊਗਾ, ਪਰ ਮੇਰਾ ਸਵਾਲ ਹੈ ਕਿ ਸਾਡਾ ਜੁਡੀਸ਼ਰੀ ਸਿਸਟਮ ਇੰਨਾ ਕੁ ਵੀਕ ਹੋ ਗਿਆ ਵੀ ਜਿਹੜੇ ਬੇਫਾਲਤੂ ਜਿਹੜੇ ਇਲਜ਼ਾਮ ਲਗਾਏ ਸੀ ਉਹਨਾਂ ਨੂੰ ਵੀ ਖਾਰਜ ਕਰਨ ਵਾਸਤੇ ਵੀ ਮਹੀਨਾ ਡੇਢ ਮਹੀਨੇ ਦਾ ਸਮਾਂ ਲੱਗ ਗਿਆ। ਦੇਖੋ, ਇਹ ਤਾਂ ਹੈ ਕਿ ਇਹ ਸਾਡੀ ਜਿਹੜਾ ਸਾਡਾ ਨਿਆਂਪਾਲਿਕਾ ਦਾ ਸਿਸਟਮ ਹੈਗਾ ਉਹ ਪਹਿਲਾਂ ਨਾਲੋਂ ਕਮਜ਼ੋਰ ਹੋਇਆ, ਉਹਦੇ 'ਤੇ ਰਾਜਨੀਤਿਕ ਲੋਕਾਂ ਦਾ ਗਲਬਾ ਵਧਿਆ। ਜਿਸ ਕਿਸਮ ਨਾਲ ਜਿਹੜੇ ਗੋਗੋਈ ਸੀਗੇ ਉਹ ਗੋਗੋਈ ਸਾਹਿਬ ਜਿਹੜੇ ਬਾਅਦ ਵਿੱਚ ਸਾਡੇ MP ਬਣ ਗਏ, ਰਾਜ ਸਭਾ ਦੇ ਮੈਂਬਰ ਬਣ ਗਏ, ਜਿਵੇਂ ਉਹਨਾਂ ਨੇ ਸਾਰਾ ਉਹ ਡਿਸਾਈਡ ਕੇਸ ਕੀਤਾ, ਕੇਸ ਦਾ ਤਰਕ ਕੁਛ ਹੋਰ ਸੀ ਅਤੇ ਫੈਸਲਾ ਕੁਝ ਹੋਰ ਕਰ ਗਏ। ਇਹ ਇੱਕ ਵੱਡਾ ਮਗੋਰਾ ਸਾਡੇ ਸਿਸਟਮ 'ਚ ਨਜ਼ਰ ਧੱਬਾ ਨਹੀਂ ਮਗੋਰਾ ਮੈਂ ਕਹੂੰਗਾ ਨਜ਼ਰ ਆ ਰਿਹਾ। ਇਹੀ ਕਾਰਨ ਆ, ਤੁਹਾਡੇ ਸਵਾਲ ਦਾ ਜਵਾਬ ਇਹੀ ਹੈ ਕਿ ਅੱਗੇ ਨਾਲੋਂ ਰਾਜਨੀਤਿਕ ਲੋਕਾਂ ਦਾ ਗਲਬਾ ਜਾਂ ਪ੍ਰਭਾਵ ਜੁਡੀਸ਼ਰੀ ਨੇ ਲੈਣਾ ਸ਼ੁਰੂ ਕਰਤਾ, ਜਿਹੜੀ ਬੜੀ ਅਫਸੋਸ ਵਾਲੀ ਗੱਲ ਹੈ ਕਿ ਸਾਡਾ ਜੁਡੀਸ਼ਰੀ ਸਿਸਟਮ ਇੰਨਾ ਕੁ ਜ਼ਿਆਦਾ ਵੀਕ ਹੋ ਗਿਆ। ਕਿਉਂਕਿ ਅੱਜ ਕੱਲ੍ਹ ਵੀ ਜਿਹੜੇ ਲੋਕ ਵੀ ਨੇ, ਜਦ ਲੋਕਾਂ ਨੂੰ ਕਿਹਾ ਜਾਂਦਾ ਵੀ ਗੱਲ ਸੁਪਰੀਮ ਕੋਰਟ ਤੱਕ ਚੱਲ ਗਈ, ਸੁਪਰੀਮ ਕੋਰਟ ਹੁਣ ਫੈਸਲਾ ਕਰੂਗਾ, ਪਰ ਉਹਨਾਂ ਦੇ ਚਿਹਰੇ 'ਤੇ ਕੋਈ ਹਾਸਾ ਹੀ ਨਹੀਂ ਆਉਂਦਾ, ਕੋਈ ਸਮਾਈਲ ਨਹੀਂ ਆਉਂਦੀ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਕਿਤੇ ਨਾ ਕਿਤੇ ਵੀ ਜਿਹੜਾ ਫੈਸਲਾ ਆ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਹੋਣਾ। ਇਹ ਠੀਕ ਹੈ ਤੁਹਾਡੀ ਗੱਲ, ਮੈਂ ਤਾਂ ਖੁਦ ਕਹਿ ਰਿਹਾ ਕਿ ਬਹੁਤ ਸਾਰੇ ਫੈਸਲੇ, ਤੁਸੀਂ ਉਹੋ ਹੀ ਗੋਗੋਈ ਸਾਹਿਬ, ਆ ਹੁਣ ਲੇਟੈਸਟ ਕੁਛ ਦਿਨ ਪਹਿਲਾਂ ਉਹਨਾਂ ਦਾ ਬਿਆਨ ਆਇਆ ਕਿ ਸੁਪਰੀਮ ਕੋਰਟ ਸਭ ਕੁਝ ਠੀਕ ਨਹੀਂ। ਇਹੀ ਗੋਗੋਈ ਸਾਹਿਬ 2-2.5 ਸਾਲ ਪਹਿਲਾਂ ਇਹ ਪ੍ਰੈਸ ਕਾਨਫਰੰਸ 'ਚ ਬੈਠੇ ਸੀ, ਜਿਹੜੀ ਸੁਪਰੀਮ ਕੋਰਟ ਦੇ ਆਂਗਣ 'ਚ ਹੀ ਹੋਈ ਸੀਗੀ, ਅਤੇ ਉਹਦੇ ਵਿੱਚ ਹੋਰ ਵੀ 3 ਜੱਜ ਜਿਨ੍ਹਾਂ ਦੇ ਜੱਜ ਸਾਹਿਬਾਨ ਸੀ, ਉਹਨਾਂ ਨੇ ਉਦੋਂ ਵੀ ਇਹ ਗੱਲ ਕਹੀ ਸੀ ਕਿ ਸਭ ਕੁਝ ਸੁਪਰੀਮ ਕੋਰਟ ਦੇ ਅੰਦਰ ਠੀਕ ਨਹੀਂ। ਇਸ ਕਰਕੇ ਮੈਨੂੰ ਤਾਂ ਕਹਿਣ ਦੀ ਕੋਈ ਲੋੜ ਹੀ ਨਹੀਂ ਹੈ, ਜਦ ਖੁਦ ਉਹਨਾਂ ਦੇ ਸਭ ਤੋਂ ਸੀਨੀਅਰ ਮੋਸਟ ਜੱਜਸ ਇਹ ਗੱਲ ਕਹਿ ਰਹੇ ਆ ਕਿ ਇਹਦੇ ਅੰਦਰ ਕਾਫੀ ਖੋਰਾ ਲੱਗ ਚੁੱਕਾ, ਕਮਜ਼ੋਰੀਆਂ ਆ ਚੁੱਕੀਆਂ ਆ, ਇਸ ਕਰਕੇ ਲੋਕਾਂ ਨੂੰ ਇਨਸਾਫ ਦੀ ਜਿਹੜੀ ਉਮੀਦ ਹੈ ਉਹ ਘੱਟ ਜਾਂਦੀ ਹੈ। ਪਰ ਫਿਰ ਵੀ ਸਾਡੇ ਕੋਲ ਜਦ ਤੱਕ ਹੋਰ ਕੋਈ ਸਿਸਟਮ ਨਹੀਂ, ਲੋਕ ਕੀ ਕਰਨ, ਇੱਥੇ ਹੀ ਧੱਕੇ ਖਾਣੇ ਪੈਣਗੇ, ਕਿਉਂਕਿ ਪੁਲਿਸ ਫੜ ਕੇ ਉਹਨਾਂ ਨੂੰ ਉਹਨਾਂ ਦੇ ਕੋਲ ਲੈ ਕੇ ਜਾਂਦੀ ਹੈ। ਇੱਕ ਪਾਸੇ ਬਹੁਤ ਵੱਡਾ ਮਹਿਰਾਜ ਦੇ ਵਿੱਚ ਇਕੱਠ ਕੀਤਾ ਜਾਂਦਾ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਦੇ ਹੱਕ ਦੇ ਵਿੱਚ ਕਿ ਦੀਪ ਸਿੱਧੂ ਨੂੰ ਰਿਹਾਅ ਕੀਤਾ ਜਾਵੇ, ਤੁਹਾਨੂੰ ਲੱਗਦਾ ਵੀ ਦੀਪ ਸਿੱਧੂ ਨੂੰ ਰਿਹਾਅ ਕਰਿਆ ਜਾਣਾ ਜਾਂ ਹੋਰ ਵੀ ਜਿਹੜੇ ਨੌਜਵਾਨ ਜਿਹੜੇ ਨੇ ਬੇਫਾਲਤੂ ਜਿਹਨਾਂ ਨੇ ਕੋਈ ਤੁੱਕ ਵੀ ਨਹੀਂ ਬਣਦੀ ਸੀ ਫੜਨ ਦੀ, ਜਿਹੜੇ 26 ਤਰੀਕ ਤੋਂ ਬਾਅਦ ਵੀ ਗਏ, ਹਾਲਾਂਕਿ ਜਿਹੜੇ 28 ਤਰੀਕ ਨੂੰ ਗਏ ਸੀ ਜਿਹੜੇ ਦਿੱਲੀ ਦੇ ਵਿੱਚ, ਉਹਨਾਂ ਨੂੰ ਵੀ ਫੜ ਕੇ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਬੰਦ ਕਰ ਰਿਹਾ। ਪਹਿਲੀ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਇਹੋ ਜਿਹੇ ਬੰਦੇ ਵੀ, ਨੌਜਵਾਨ ਜਾਂ ਹੋਰ ਸਾਡੇ ਬਜ਼ੁਰਗ ਅੰਦਰ ਦਿੱਤੇ ਗਏ, ਬੱਚੇ ਵੀ ਕਈ ਅੰਦਰ ਦੇ ਦਿੱਤੇ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ, ਉਹ ਤਾਂ ਬਹੁਤ ਹੀ ਮੂਰਖਤਾ ਵਾਲੀ ਗੱਲ ਸੀ। ਹੁਣ ਦੀਪ ਸਿੱਧੂ ਹੁਣੀ ਜਿਹੜੇ ਬੰਗਾਰ ਕੇ ਲਲਕਾਰ ਕੇ ਉੱਥੇ ਗਏ ਸੀ, ਉਹਨਾਂ ਵੱਲੋਂ ਵੀ ਉਹਨਾਂ ਦੇ ਕੋਈ ਸੀਰੀਅਸ ਐਲੀਗੇਸ਼ਨ ਨਹੀਂ ਹੈ। ਕਿਸਾਨਾਂ ਦਾ ਯੂਨੀਅਨਾਂ ਦਾ ਇਹ ਖੇਦ ਤਾਂ ਹੋ ਸਕਦਾ ਕਿ ਤੁਸੀਂ ਸਾਨੂੰ ਦੂਸਰੇ ਪਾਸੇ ਕਿਉਂ ਤੋਰ ਦਿੱਤਾ, ਇਹ ਤਾਂ ਉਹਨਾਂ ਦਾ ਗੁੱਸਾ ਅੰਦਰੂਨੀ ਹੋ ਸਕਦਾ, ਪਰ ਉਹ ਇਸ ਗੱਲ ਦਾ ਕੋਈ ਨਹੀਂ ਹੈਗਾ ਕਿ ਉਹਨਾਂ ਦੇ ਉਹਨੇ ਦੇ ਉੱਥੇ ਵਾਇਲੈਂਸ ਨਹੀਂ ਕੀਤੀ। ਕੋਈ ਨਿਸ਼ਾਨ ਸਾਹਿਬ ਜਿਹੜਾ ਸਿੱਖੀ ਦਾ ਚਲਾਇਆ ਉਹ ਕੋਈ ਆਪਣੇ ਆਪ 'ਚ ਦੇਸ਼ ਦੇ ਕਾਨੂੰਨ ਦੀ ਉਲੰਘਣਾ ਨਹੀਂ ਸੀ ਉਸ ਕਿਸਮ ਦੀ, ਉਹ ਤਾਂ ਮੋਦੀ ਜੀ ਨੇ ਉਹਨੂੰ ਬਣਾ ਦਿੱਤਾ ਕਿ ਤਿਰੰਗੇ ਦੀ ਬੇਹੁਰਮਤੀ ਕੀਤੀ, ਤਿਰੰਗੇ ਨੂੰ ਉੱਥੇ ਫਾੜਿਆ ਗਿਆ ਜਾਂ ਇਹੋ ਜਿਹਾ ਬੇਇੱਜ਼ਤੀ ਕੀਤੀ, ਉਹਨਾਂ ਨੇ ਬਣਾ ਦਿੱਤਾ ਗਿਆ, ਥੋਪ ਦਿੱਤਾ, ਔਰ ਬਹੁਤ ਸਾਰਿਆਂ ਲੋਕਾਂ ਨੇ ਉਸਨੂੰ ਮੰਨ ਵੀ ਲਿਆ। ਪਰ ਇਸੇ ਕਰਕੇ ਜਿਹੜਾ ਦੀਪ ਸਿੱਧੂ ਹੋਏ ਜਾਂ ਕੋਈ ਵੀ ਹੋਏ, ਉਹ ਸਾਰੇ ਬੜੇ ਵੀਕ ਕੇਸ ਆ, ਉਹ ਤੁਸੀਂ ਦੇਖਿਓ ਕਿ ਡਿਊ ਕੋਰਸ ਆਫ ਟਾਈਮ ਦੇ ਵਿੱਚ ਸਾਰੇ ਛੁੱਟ ਜਾਣਗੇ। ਇੱਕ ਵੀਡੀਓ ਤੁਸੀਂ ਦੇਖੀ ਹੋਣੀ ਹੈ ਜਿਹਦੇ ਵਿੱਚ ਰਾਜਨਾਥ ਸਿੰਘ ਜੀ ਜਾਂਦੇ ਨੇ, ਆਪਣੀ ਸਿੱਖ ਕਮਿਊਨਿਟੀ ਖੜੀ ਹੈ ਉੱਥੇ, ਬਹੁਤ ਵੱਡੇ ਵੱਡੇ ਜੈਕਾਰੇ ਲੱਗਦੇ ਨੇ ਜਿੱਥੇ ਵੀ ਆਪਾਂ ਅਕਸਰ ਦੇਖਦੇ ਹਾਂ ਵੀ ਸ਼ਹਾਦਤਾਂ ਦੇਣ ਨੂੰ ਤਾਂ ਕਹਿੰਦੇ ਪੱਗਾਂ ਵਾਲਿਆਂ ਨੂੰ ਮੂਹਰੇ ਕਰ ਦਿੰਦੇ ਨੇ, ਪਰ ਜਦ ਹੱਕ ਮੰਗਣਾ ਆਉਂਦੀ ਹੈ ਤਾਂ ਕਹਿੰਦੇ ਇਹਨਾਂ ਦੇ ਸਿਰਾਂ 'ਤੇ ਡੰਡਾ
ਵਾਹ ਦਿੱਤਾ ਜਾਂਦਾ ਹੈ, ਲਾਠੀਆਂ ਮਾਰ ਦਿੱਤੀਆਂ ਜਾਂਦੀਆਂ ਨੇ। ਵੀ ਯਾਰ ਕਾਰਗਿਲ ਦੀ ਲੜਾਈ ਹੋਈ ਸੀ ਉੱਥੇ ਵੀ ਦੇਖਿਆ ਤਾਂ ਸਭ ਤੋਂ ਅੱਗੇ ਜਿਹੜੇ ਆਪਣੇ ਸਿੱਖ ਜਿਹੜੇ ਸੀਗੇ ਉਹ ਮੂਹਰੇ ਸੀਗੇ ਜਾਂ ਹੋਰ ਵੀ ਜਿਹੜੀਆਂ ਵੱਡੀ ਵੱਡੀਆਂ ਹੋਈਆਂ ਨੇ, ਤਾਂ ਉੱਥੇ ਵੀ ਨਿਸ਼ਾਨ ਸਾਹਿਬ ਜਿਹੜੇ ਨੇ ਬਕਾਇਦਾ ਝੂਲਦੇ ਹੁੰਦੇ ਨੇ, ਫਿਰ ਤਾਂ ਇਹਨਾਂ ਨੂੰ ਉੱਥੋਂ ਵੀ ਹਟਾਉਣੇ ਚਾਹੀਦੇ। ਨਹੀਂ ਇਹ ਠੀਕ ਹੈ ਤੁਹਾਡੀ ਗੱਲ ਕਿ ਸਾਡੇ ਸੱਭਿਆਚਾਰ ਦੇ ਵਿੱਚ ਜਿਵੇਂ ਸਾਨੂੰ ਸਿੱਖ ਸਿੱਖੀ ਵੀ ਕਹਿੰਦੀ ਹੈ ਅਤੇ ਵੈਸੇ ਸਾਡੇ ਪੰਜਾਬ ਦੀ ਧਰਤੀ ਵੀ ਸਾਨੂੰ ਕਹਿੰਦੀ ਹੈ, ਕਿਉਂਕਿ ਕਿਸੇ ਵੇਲੇ ਰਣਜੀਤ ਸਿੰਘ ਦਾ ਰਾਜ ਵੀ ਇੱਥੇ ਰਿਹਾ ਅਤੇ ਉਹ ਵੀ ਇਹਨਾਂ ਦੇ ਮਨ ਵਿੱਚ ਹੁੰਦਾ ਕਿ ਅਸੀਂ ਰਾਜ ਕਰਨ ਦੇ ਕਾਬਲ ਹੈ ਜੇ ਐਡਾ ਵੱਡਾ ਰਾਜ ਕਰ ਸਕਦੇ। ਇਹ ਕੁੱਲ ਮਿਲਾ ਕੇ ਕਿਤੇ ਵੀ ਬੇਇਨਸਾਫੀ ਜਦੋਂ ਹੁੰਦੀ ਹੈ ਤਾਂ ਇਹ ਕੁਦਰਤੀ ਆ ਕੇ ਡਟ ਕੇ ਉਸ ਦੇ ਵਿਰੁੱਧ ਖੜ੍ਹੇ ਹੁੰਦੇ ਆ ਅਤੇ ਉਸ ਦਾ ਇਜ਼ਹਾਰ ਉੱਥੇ ਡਿਫੈਂਸ ਦੇ ਵਿੱਚ ਆਰਮੀ ਦੇ ਵਿੱਚ ਵੀ ਇਹ ਬਾਖੂਬ ਕਰਦੇ ਆ, ਬਾਖੂਬੀ ਕਰਦੇ ਹੈਗੇ ਆ। ਕਿਤੇ ਵੀ ਜਿੱਥੇ ਸਭ ਤੋਂ ਔਖਾ ਕੰਮ ਹੁੰਦਾ ਇਹਨਾਂ ਨੂੰ ਭੇਜਿਆ ਜਾਂਦਾ, ਭਾਵੇਂ ਕਾਰਗਿਲ ਹੋਵੇ ਭਾਵੇਂ ਹੋਰ ਵੀ ਹੋਵੇ, ਹੁਣ ਵੀ ਜਿਹੜਾ ਲੱਦਾਖ ਦੇ ਵਿੱਚ ਆ ਇਹਨਾਂ ਦੀ ਖਾਸ ਭੂਮਿਕਾ ਹਰ ਜਗ੍ਹਾ ਹੁੰਦੀ ਹੈ, ਕਿਉਂਕਿ ਇਕੱਲੇ ਪ੍ਰੂਵਨ ਦੇਸ਼ ਭਗਤੀ ਨਹੀਂ, ਦਿਬੰਗ ਵੀ ਹੈ, ਲੜਦੇ ਵੀ ਹੈਗਾ, ਬੇਖੌਫ ਲੜਾਈ ਦਿੰਦੇ ਆ। ਉਹ ਭਾਵੇਂ ਸਿੰਘੂ ਬਾਰਡਰ 'ਤੇ ਲੜਾਈ ਹੋਵੇ ਉਹ ਹੀ ਹੈ ਬੈਠੇ ਉਹਨਾਂ ਦੇ ਭੈਣ ਭਰਾ, ਭਾਵੇਂ ਉਹ ਪਾਕਿਸਤਾਨ ਅਤੇ ਚੀਨ ਦੇ ਨਾਲ ਕਿਸੇ ਹੋਰ ਲੱਗਦੇ ਬਾਰਡਰਾਂ ਦੀ ਗੱਲ ਹੋਵੇ, ਭਾਵੇਂ ਫਸਟ ਵਰਲਡ ਵਾਰ ਸੈਕਿੰਡ ਵਰਲਡ ਵਾਰ ਦੀ ਗੱਲ ਹੋਵੇ, ਇਹ ਮੇਰਾ ਖਿਆਲ ਹੈ ਕਿ ਜਦੋਂ ਇਹ ਆਪਣਾ ਮਨ ਬਣਾ ਲੈਂਦੇ ਆ ਕਿ ਅਸੀਂ ਦੁਸ਼ਮਣ ਦੇ ਜਿਹੜੇ ਫੀਤਾ ਫੀਤਾ ਕਰਨਾ ਉਹਨਾਂ ਨੂੰ, ਤਾਂ ਫਿਰ ਇਹ ਪਿੱਛੇ ਨਹੀਂ ਹਟਦੇ। ਅੱਛਾ ਇੱਕ ਬਹੁਤ ਵੱਡਾ ਸਵਾਲ ਨਾ ਆਮ ਲੋਕਾਂ ਦੇ ਮਨ ਦੇ ਵਿੱਚ ਆ ਰਿਹਾ ਅੱਜ ਕੱਲ੍ਹ ਕਿ ਦਿੱਲੀ ਦਾ ਹੁਣ ਮੋਰਚਾ ਸਰਗਰਮ ਹੈ, ਅੱਜ 26 ਤਰੀਕ ਹੋ ਚੁੱਕੀ ਹੈ ਅਤੇ 3 ਮਹੀਨੇ ਹੋ ਗਏ ਨੇ, ਤਕਰੀਬਨ 3 ਮਹੀਨੇ ਪੂਰੇ ਹੋ ਚੁੱਕੇ ਨੇ, ਹੁਣ ਗਰਮੀ ਵੀ ਵਧਣ ਲੱਗੀ, ਪਹਿਲਾਂ ਠੰਡ ਬਹੁਤ ਸੀ ਹੁਣ ਗਰਮੀ ਵੀ ਝੇਲਣੀ ਹੈ ਕਿਸਾਨਾਂ ਨੇ, ਕੀ ਲੱਗਦਾ ਕਿੰਨਾ ਕੁ ਸਮਾਂ ਹੋਰ ਲੱਗ ਸਕਦਾ ਹੈ? ਅਤੇ ਕਿਤੇ ਨਾ ਕਿਤੇ ਇਹ ਤਾਂ ਨਹੀਂ ਹੈਗਾ ਵੀ ਕਿਤੇ ਜਿਹੜਾ ਨੌਜਵਾਨਾਂ ਦੇ ਵਿੱਚੋਂ ਜਿਹੜਾ ਇਹਨਾਂ ਦਾ ਆਪਾਂ ਕਹਿ ਸਕਦੇ ਇੰਟਰਸਟ ਸੀ ਉਹ ਘਟਣਾ ਸ਼ੁਰੂ ਹੋ ਗਿਆ, ਵੀ ਕਿਤੇ ਲੀਹ ਤੋਂ ਹਟ ਤਾਂ ਨਹੀਂ ਰਿਹਾ ਕਿਸਾਨ? ਨਹੀਂ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮੈਂ ਕੱਲ੍ਹ ਹੀ ਮੇਰੇ ਕੋਲ ਇੱਥੇ ਸਾਡਾ ਦੋਸਤ ਇੱਕ ਆਇਆ ਆ, ਉੱਥੇ ਸਭ ਲੋਕ ਡਟੇ ਆ, ਅੱਜ 27 ਤਰੀਕ ਨੂੰ ਉੱਥੇ ਅੱਜ ਵੀ ਉੱਥੇ ਲੋਕ ਗਏ ਆ, ਅੱਜ ਟਰੈਕਟਰ ਅੰਮ੍ਰਿਤਸਰ ਤੋਂ ਗਏ ਆ, 27 ਤਰੀਕ ਨੂੰ ਵੱਡੇ ਪੱਧਰ 'ਤੇ ਸਗੋਂ ਐਡੀਸ਼ਨਲ ਫੋਰਸਿਸ ਉੱਥੇ ਕੰਟੀਨਜੈਂਟ ਜਾ ਰਹੇ ਆ। ਸ਼੍ਰੀ ਗੁਰੂ ਰਵਿਦਾਸ ਜੀ ਦਾ ਕੱਲ੍ਹ ਜਨਮ ਦਿਹਾੜਾ, ਚੰਦਰ ਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਹਾੜਾ ਆ, ਉਹ ਰਲ ਕੇ ਕਿਸਾਨ ਉੱਥੇ ਮਨਾ ਰਹੇ ਆ ਅਤੇ ਪੂਰੇ ਦੇਸ਼ ਦੇ ਉਸ ਇਤਿਹਾਸ ਨੂੰ ਇਸ ਮੂਵਮੈਂਟ ਰਾਹੀਂ ਲੋਕਾਂ ਨੂੰ ਯਾਦ ਕਰਾ ਰਹੇ ਆ ਕਿ ਮਤ ਭੁੱਲੋ ਸਾਡੇ ਗੁਰੂਆਂ ਨੇ ਕੀ ਕਿਹਾ ਸੀ, ਮਤ ਭੁੱਲੋ ਸਾਡੇ ਸ਼ਹੀਦਾਂ ਨੇ ਕੀ ਕਿਹਾ ਸੀ, ਉਹਨੂੰ ਯਾਦ ਰੱਖਦੇ ਹੋਏ ਇਕੱਠੇ ਰਹੋ, ਅੱਗੇ ਵਧੋ। ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦਿੱਤਾ ਤੁਸੀਂ। ਸੋ ਦੋਸਤੋ ਇਹ ਸੀਗੇ ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਨ੍ਹਾਂ ਦਾ ਕਹਿਣਾ ਸੀਗਾ ਕਿ ਮੋਰਚਾ ਬਰਕਰਾਰ ਹੈ ਹਜੇ ਲਈ ਵੀ, ਉਸੇ ਤਰੀਕੇ ਦਾ ਜਿਹੜਾ ਜੋਸ਼ ਹੈ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਇਕੱਠਾ ਹੋ ਰਿਹਾ, ਲੋਕ ਹਜੇ ਵੀ ਉੱਥੇ ਦਿੱਲੀ ਮੋਰਚੇ ਦੇ ਵਿੱਚ ਪਹੁੰਚ ਰਹੇ ਨੇ। ਉਮੀਦ ਕਰਦੇ ਹਾਂ ਕੋਈ ਚੰਗੀ ਖਬਰ ਜਲਦੀ ਕਿਸਾਨਾਂ ਦੇ ਹੱਕ ਦੇ ਵਿੱਚ ਸੁਣਨ ਨੂੰ ਮਿਲੂਗੀ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ, ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।